ਡਾਕਟਰ ਦਲੀਪ ਘੋਟਿਵਾਨ ਦਾ ਨਾਵਲ ਸੂਰਜ ਤੇ ਸਮੁੰਦਰ ਦਾ ਤੀਸਰਾ ਅੰਕ ਖੱਤ ਜਿਸ ਤਨਜੀਤ ਨੂੰ ਪਹੁੰਚਿਆ ਉਹ ਸਾਰਾ ਦਿਨ ਮੰਜੇ ਤੇ ਪਿਆ ਰਿਹਾ ਕੰਮ ਉੱਤੇ ਵੀ ਨਾ ਗਿਆ ਕੰਮ ਉੱਤੇ ਨਾ ਜਾਣਾ ਇਸ ਮੁਲਕ 'ਚ ਬੜੀ ਵੱਡੀ ਗੱਲ ਹੈ ਇਹ ਹਿੰਦੁਸਤਾਨ ਨਹੀਂ ਵੀ ਸਭ ਕਾਸੀ ਨੂੰ ਮਾਇਆ ਸਮਝ ਕੇ guzara ਹੋ ਜਾਏ ਇੱਕ ਘੁੱਗ ਵਾਸਤੇ ਸ਼ਹਿਰ ਦੇ ਅਨੇਕ ਮੰਜ਼ਲੇ ਮਕਾਨ ਦੇ ਇੱਕ ਫਲੈਟ 'ਚ ਪਿਆ ਜੀਤ ਸੋਚ ਰਿਹਾ ਸੀ ਇਹ ਸਭ ਕੀ ਹੈ ਬੰਬ ਦਾ ਕਿਉਂ ਨਹੀਂ ਟੈਲੀਵਿਜ਼ਨ ਬੰਦ ਕਰ ਦਿੱਤਾ ਅਜੋ ਆਪਣੇ ਆਪ ਦੇ ਕੋਲ ਬੈਠਣਾ ਚਾਹੁੰਦਾ ਸੀ ਦੋ ਫਿਕਰਿਆਂ ਦਾ ਸੋਨਾ ਭਾਬੀ ਦਾ ਖਾਤੋ ਨੇ ਕਈ ਵਾਰ ਪੜਿਆ ਫਿਕਰਿਆਂ ਦੇ ਪਿੱਛੇ ਸੋਨਾ ਭਾਬੀ ਸਾਮਰ ਤੱਕ ਆਪ ਖੜੀ ਸੀ ਉੱਚੀ ਲੰਮੀ ਮੋਟੀਆਂ-ਮੋਟੀਆਂ ਅੱਖਾਂ ਕਣਕਵੰਨੇ ਰੰਗ ਵਾਲੀ ਜਿਹੜੀ ਬੜਾ ਘੱਟ ਬੋਲਦੀ ਸੀ ਨਾ ਜਾਣੇ ਉਹਨੂੰ ਐਡੀ ਕਿਹੜੀ ਗੱਲ ਦਾ ਮਾਣ ਸੀ ਮੈਨੂੰ ਤਾਂ ਸਾਰੀਆਂ ਹੀ ਕੁੜੀਆਂ ਪਸੰਦ ਨੇ ਲਿਖ ਕੇ ਸੋਨਾ ਭਾਬੀ ਨੇ ਕੀ ਕਿਹਾ ਅਜੀਤ ਨੂੰ ਕੁਝ ਸਮਝ ਨਹੀਂ ਸੀ ਲੱਗ ਰਹੀ ਪਰ ਉਹਨੇ ਕਿਹਾ ਕੁਝ ਜ਼ਰੂਰ ਹੈ ਉਹ ਜਾਣਦਾ ਸੀ ਤਸਵੀਰਾਂ ਭੇਜ ਕੇ ਜੋ ਕੁਝ ਉਹਨੇ ਸੋਨਾ ਭਾਬੀ ਨੂੰ ਆਖਣਾ ਚਾਹਿਆ ਸੀ ਉਸੇ ਦਾ ਤਾਂ ਜਵਾਬ ਸੀ ਸੋਨਾ ਭਾਬੀ ਅੱਜ ਫੇਰ ਉਹ ਤੋਂ ਬਾਜੀ ਲੈ ਗਈ ਸੀ ਸੋਨਾ ਭਾਬੀ ਤੋਂ ਜਦੋਂ ਵੀ ਉਹ ਖਾਰਿਆ ਸੀ ਗੁੱਸਾ ਆਉਣ ਦੀ ਥਾ ਭਾਬੀ ਉਹਨੂੰ ਹੋਰ ਵਧੇਰੇ ਚੰਗੀ ਲੱਗੀ ਸੀ ਇਸ ਘੜੇ ਅਜੀਤ ਦਾ ਡਾਡਾ ਮਨ ਕੀਤਾ ਵੀ ਕਿਸੇ ਅਲਾਦੀਨੀ ਲੈਂਪ ਨਾਲ ਆਪਣੇ ਦੇਸ਼ ਪਹੁੰਚ ਜਾਏ ਆਪਣੇ ਦੇਸ਼ ਜਿੱਥੇ ਹਰ ਰੋਜ਼ ਸੂਰਜ ਚੜ੍ਹਦਾ ਹੈ ਜਿੱਥੇ ਚਿੜੀਆਂ ਕਬੂਤਰ ਘਰਾਂ ਚਾਲਣੇ ਪਾ ਲੈਂਦੇ ਨੇ ਜਿੱਥੇ ਸੋਨਾ ਭਾਬੀ ਵੀ ਹੈ ਪਰ ਉੱਥੋਂ ਦੇ ਲੋਕ ਕਦੇ-ਕਦੇ ਰਾਜਾ ਹਰੀਚੰਦ ਵਾਂਗ ਆਪਣਾ ਸਭ ਕੁਝ দান ਵੀ ਦੇ ਛੱਡਦੇ ਨੇ ਤੇ ਆਪ ਸਾਧ ਹੋ ਜਾਂਦੇ ਨੇ ਨਹੀਂ ਮੈਂ ਦੇਸ਼ ਵਾਪਸ ਨਹੀਂ ਜਾਵਾਂਗਾ ਹੁਣ ਮੈਂ ਵਾਪਸ ਜਾ ਹੀ ਨਹੀਂ ਸਕਦਾ ਅਜੀਤ ਸੋਚ ਰਿਹਾ ਸੀ ਸੋਨਾ ਭਾਬੀ ਨੇ ਇੱਕ ਵਾਰ ਵੀ ਤਾਂ ਨਹੀਂ ਲਿਖਿਆ ਅਜੀਤ ਵਾਪਸ ਆ ਜਾ ਨਹੀਂ ਉਹ ਸ਼ਾਇਦ ਕਦੇ ਵੀ ਨਾ ਲਿਖੇ ਤੇ ਹੋਰ ਮੈਂ ਦੇਸ਼ ਜਾਣਾ ਹੀ ਕਿਸ ਲਈ ਹੈ ਮੰਨ ਲੇ ਉਹ ਮੈਂ ਤਾਂ ਭੁੱਲ ਹੀ ਗਿਆ ਸੀ ਮੇਰੀ ਮਾਂ ਵੀ ਹੈ ਉਹ ਪਿੰਡ ਰਹਿੰਦੀ ਹੈ ਉਸੇ ਪਿੰਡ ਚ ਜਿੱਥੇ ਮੇਰਾ ਬਾਪ ਮਾਰ ਦਿੱਤਾ ਗਿਆ ਸੀ ਲੋਕ ਆਖਦੇ ਸਨ ਸਰਦਾਰ ਨੇ ਮਰਵਾਇਆ ਪਰ ਸਰਦਾਰ ਤਾਂ ਸਾਡੇ ਨਾਲ ਇੱਡਾ ਚੰਗਾ ਸੀ ਉਹ ਇੱਡਾ ਚੰਗਾ ਨਾ ਹੁੰਦਾ ਤਾਂ ਬਾਈ ਕਿਵੇਂ ਪੜ ਜਾ ਹੁੰਦਾ ਇੱਕ ਮੁਜਾਰੇ ਦਾ ਪੁੱਤਰ ਸਰਦਾਰ ਦੇ ਪੁੱਤਰ ਵਾਂਗ ਸ਼ਹਿਰ ਦੇ ਕਾਲਜ ਚ ਪੜਦਾ ਸੀ ਲੋਕ ਧਾਕਦੇ ਸਨ ਬਾਈ ਹੈ ਹੀ ਸਰਦਾਰ ਦਾ ਪੁੱਤਰ ਤਾਦੀ ਉਹਨੇ ਸਾਡੇ ਕੋਲੋਂ ਜ਼ਮੀਨ ਨਹੀਂ ਸੀ ਖੋਈ ਉੰਜ ਵੀ ਤਾਂ ਉਹ ਜ਼ਮੀਨ ਸਰਕਾਰ ਨੇ ਲੈਣੀ ਸੀ ਕੋਈ ਇਕੱਲਾ ਆਦਮੀ 2000 ਵਿੱਗੇ ਭਲਾਂ ਕਿਵੇਂ ਰੱਖ ਸਕਦਾ ਪਰ ਮੈਂ ਇਹ ਕੀ ਬਕਵਾਸ ਸੋਚ ਰਿਆ ਕੋਟ ਦੀ ਜੇਬ ਫਰੂਲ ਕਿਉਂ ਨੇ ਕਈ ਦਿਨ ਦਾ ਆਇਆ ਮਾਂ ਦਾ ਖਤ ਘਟਿਆ ਜਿਹਨੂੰ ਪੜਨ ਦਾ ਵਕਤ ਹੀ ਨਹੀਂ ਸੀ ਲੱਗਿਆ ਲਿਖਿਆ ਸੀ ਮੈਨੂੰ ਅੱਖਾਂ ਤੋਂ ਘਟ ਦਿਸਣ ਲੱਗ ਪਿਆ ਕਿ ਫਸਲ ਅੱਧੀਆਂ ਬਹੁਤੀ ਸੇਮ ਨਹੀਂ ਮਾਰਦੀ ਮੱਝ ਸੂਪਈ ਹੈ ਉਹਨੇ ਕੱਟੀ ਦਿੱਤੀ ਹੈ ਇੰਦਰ ਤੇ ਸੋਨਾ ਆਈ ਸੀ ਸੋਨਾ ਅੱਗੇ ਨਾਲੋਂ ਲਿੱਸੀ ਹੋਈ ਲੱਗਦੀ ਹੈ ਮੈਂ ਤਾਂ ਸੋਈਦੀ ਸੀ ਬੈਠੀ ਬੈਠੀ ਪੁੱਤੇ ਦਾ ਮੂੰਹ ਦੇਖ ਜਾਂਦੀ ਪਰ ਰੱਬ ਦੀਆਂ ਮਰਜ਼ੀਆਂ ਨੇ। ਕਨੌਰੀ ਵਾਲਾ ਸਰਪੰਚ ਤੇਰੀ ਖਾਤਰ ਪੁੱਛਦਾ ਸੀ। ਕੁੜੀ ਪੰਜ ਮਾਤਾਂ ਬਾਸ ਹੈ, ਘਰ ਚੰਗਾ ਤਕੜਾ ਹੈ। ਦੇਣ ਲੈਣਗੇ ਬਥੇਰਾ। ਕਰਮੋਂ ਚਿਹਰੀ ਨੇ ਆਪਣਾ ਮੁੰਡਾ ਰੂਲਦੂ 500 ਦੇ ਕੇ ਵਿਆਹ ਲਿਆ। ਪਿੰਡ ਦੀਆਂ ਬੀਹਾਂ ਪੱਕੀਆਂ ਹੋਣ ਲੱਗ ਪਈਆਂ ਨੇ। ਵੋਟਾਂ ਵੇਲੇ ਪਿੰਡ ਨੇ ਕਿਹਾ ਪਹਿਲਾਂ ਸਾਡੀਆਂ ਬੀਹਾਂ ਪੱਕੀਆਂ ਕਰਾਓ ਤਾਂ ਵੋਟਾਂ ਦੇਵਾਂਗੇ ਤੱਕੜੀ ਨੂੰ। ਸੇਡੇ ਕਾ ਮਿੰਦਰ ਜਿਹੜਾ ਫੌਜ 'ਚ ਸੀ ਮਰ ਗਿਆ ਆਪਣੀ ਨਿੰਮੋ ਕੋਲ ਸੁੱਖ ਨਾਲ ਹੋਰ ਕੱਕਾ ਤੇ 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 ਮਾਂ ਦੀ ਚਿੱਠੀ ਤੋਂ ਪਾਰ ਮਾਂ ਬਾਰੇ ਸੋਚਦਿਆਂ ਉਹਨੂੰ ਖਿਆਲ ਆਇਆ ਕਈ ਮਹੀਨੇ ਹੋ ਗਏ ਮੈਂ ਮਾਂ ਨੂੰ ਕੋਈ ਖਾਤ ਨਹੀਂ ਪਾਇਆ ਉਹਦੇ ਖੱਤਾਂ ਦਾ ਜਵਾਬ ਵੀ ਨਹੀਂ ਦਿੱਤਾ ਇੱਥੇ ਖੱਤ ਲਿਖਣ ਦੀ ਵੇਹਲ ਹੀ ਕਿਹਨੂੰ ਮਿਲਦੀ ਹੈ ਕੋਈ ਖੱਤ 'ਚ ਲਿਖੇ ਵੀ ਕੀ ਇਹ ਕਿ ਅਸੀਂ ਹਿੰਦੁਸਤਾਨੀ ਰਿਸ਼ੀਆਂ मुਨੀਆਂ ਦੀ ਔਲਾਦ ਇਧਰ ਬੁਲਾਏ ਤਾਂ ਕਿ ਗੋਰਿਆਂ ਦੀਆਂ ਝੂਠੀਆਂ ਪਲੇਟਾਂ ਧੋਣੇ ਆ ਸੜਕਾਂ 'ਤੇ ਝਾੜੂ ਦਿੰਨੇ ਆ ਰੀੜੀਆਂ ਖਿੱਚਦੇ ਆਂ ਪੱਟੀਆਂ ਝੋਕਦੇ ਆਂ ਸਿਰਫ ਇਸ ਲਈ ਕਿ ਪੰਜਾਂ ਦਸਾਂ ਸਾਲਾਂ ਮਗਰੋਂ ਇੱਕ ਵਾਰੀ ਜਦ ਦੇਸ਼ ਚਾਹੀਏ ਤਾਂ ਪੈਂਟ ਕੋਟ ਪਾ ਛਣਕਦੇ ਪੌਂਡਾਂ ਨਾਲ ਜੇਬਾਂ ਭਰੀ ਗੋਰੀਆਂ ਮਹਿਮਾਨੀਆਂ ਝੂਠੀਆਂ ਕਹਾਣੀਆਂ ਸੁਣਾ ਸੁਣਾ ਲੋਕਾਂ ਨੂੰ ਚੱਕਾ ਚੋਂਦ ਕਰ ਸਕੀਏ ਗਹਿਣੇ ਪਈ ਜ਼ਮੀਨ ਛੁੱਟ ਜਾਏ ਮਕਾਨ ਪੱਕਾ ਹੋ ਜਾਏ ਇੱਥੇ ਕਿਹੜਾ ਕੋਈ ਦੇਖਣ ਆਉਂਦਾ ਕਿ ਇੱਕ ਇੱਕ ਕਮਰੇ 'ਚ 8-8 ਹਿੰਦੁਸਤਾਨੀ ਰਹਿੰਦੇ ਆ ਕਿ 10-10 ਤੇ ਸਾਨੂੰ ਚੰਗੀ ਬਸਤੀ 'ਚ ਕੋਈ ਕਮਰਾ ਕਿਰਾਏ ਤੇ ਦੇਣ ਲਈ ਵੀ ਤਿਆਰ ਹੈ ਕਿ ਨਹੀਂ ਅਜੀਤ ਨੇ ਜ਼ਰਾ ਤਲਖੀ ਨਾਲ ਸੋਚਦਿਆਂ ਮਾਂ ਦਾ ਖੱਤ ਪਾੜ ਕੇ ਸੜਤਾ ਉਸੇ ਲਿਫਾਫੇ ਚ ਪਿਆਰ ਨਿਰਮਲ ਦਾ ਖੱਤ ਵੀ ਪਾੜਿਆ ਗਿਆ ਅਜੀਤ ਨੂੰ ਪਤਾ ਹੀ ਸੀ ਨਿਰਮਲ ਦੇ ਖੱਤ ਚ ਕੀ ਹੋਏਗਾ ਇਹੀ ਕਿ ਅਜੀਤ ਤੂੰ ਕਦੋਂ ਆਏਂਗਾ ਅਸੀਂ ਯਾਦ ਕਰਦੇ ਹਾਂ ਮੇਰੇ ਲਈ ਘੜੀ ਭੇਜ ਦੇ ਜਵਲੈਤੀ ਪੈਨ ਤੇ ਆਪਣੇ ਭਾਈਆ ਜੀ ਲਈ ਤੇ ਮਾਂ ਨੇ ਲਿਖਿਆ ਸੀ ਨਿੰਮੂ ਦੇ ਸੁਖ ਨਾਲ ਇੱਕ ਕਾਕਾ ਹੋਰ ਹੋ ਗਿਆ ਇਹਨਾਂ ਹਿੰਦੁਸਤਾਨੀਆਂ ਨੂੰ ਅਕਲ ਪਤਾ ਨਹੀਂ ਕਦੋਂ ਆਏਗੀ ਜੁਆਕ ਜੰਮਣ ਤੋਂ ਬਿਨਾਂ ਜਿਵੇਂ ਕੋਈ ਕੰਮ ਹੀ ਨਹੀਂ ਤੀਜੇ ਦਿਨ ਕੋਈ ਨਾ ਕੋਈ ਵਗਾਰ ਲਿਖ ਭੇਜੋ ਇਥੇ ਆਉਂਦੀ ਐ ਜਿਵੇਂ ਸਾਨੂੰ ਕੋਈ ਖਜ਼ਾਨਾ ਲੱਭ ਪਿਆ ਹੋਵੇ ਕਿਸੇ ਨੂੰ ਕੀ ਪਤਾ ਮਹੀਨਾ ਮਹੀਨਾ ਨਾ ਤੈਨੂੰ ਹੋ ਜਾਂਦਾ ਹੈ ਛੁੱਟੀ ਵਾਲੇ ਦਿਨ ਵੀ ਲੋਕ ਕੰਮ ਉਤੇ ਤੁਰ ਜਾਂਦੇ ਨੇ ਮਜ਼ਦੂਰੀ ਦੇ ਵੱਦ ਮਿਲਦੀ ਹੈ ਮਜ਼ਦੂਰੀ ਕਰਨੀ ਤਾਂ ਸਭ ਇੱਧਰ ਆਉਂਦੇ ਨੇ ਤੇ ਜਦੋਂ ਦਾ ਉਹ ਇੱਧਰ ਆਇਆ ਸੀ ਨਿਰਮਲ ਨੂੰ ਇੰਪੋਰਟਡ ਚੀਜ਼ਾਂ ਦਾ ਬੜਾ ਸ਼ੌਕ ਹੋ ਗਿਆ ਸੀ ਇਹ ਮੈਂ ਅੱਜ ਕੀ ਬਕਵਾਸ ਸੋਚ ਰਿਹਾ ਨਾਲ ਵਾਲੇ ਫਲੈਟਸ 'ਕੱਲ ਕੋਈ ਮਰ ਗਿਆ ਸੀ ਪਤਾ ਨਹੀਂ ਕੌਣ ਸੀ ਬਿਮਾਰ ਠਮਾਰਦਾ ਵੀ ਪਤਾ ਨਹੀਂ ਲੱਗਿਆ ਅਫਸੋਸ ਕਰਨ ਵੀ ਕੋਈ ਕਿਹਦੇ ਕੋਲ ਜਾਏ ਪਰ ਅਫਸੋਸ ਵੀ ਕਾਦਾ ਅਜੀਤ ਸੋਚ ਰਿਹਾ ਸੀ ਉਹਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਅੱਜ ਉਹ ਐਡਾ ਬੇਹਰਾਮ ਜਿਹਾ ਕਿਉਂ ਹੈ ਉਹਨੇ ਘੜੀ ਵੇਖੀ ਅਜੀਤ ਕਿਹ ਵੱਜਿਆ ਸੀ ਅੱਜ ਦਿਨ ਐਡੀ ਹੌਲੀ ਹੌਲੀ ਕਿਉਂ ਤੁਰ ਰਿਹਾ ਹੈ ਸੋਚਦੇ ਉਹਨੂੰ ਲੱਗਿਆ ਜਿਵੇਂ ਅੱਜ ਦਿਨ ਹੋਰ ਦਿਨਾਂ ਵਰਗਾ ਨਹੀਂ ਕੁਝ ਉਜੜਿਆ ਜਿਹਾ ਉਦਾਸ ਜਿਹਾ ਬੋਝਲ ਜਿਹਾ ਇਕੱਲਾ ਜਿਹਾ ਥੱਕਿਆ ਜਿਹਾ ਖਾਲੀ ਜਿਹਾ ਸੀ ਜਿਵੇਂ ਕਿਸੇ ਬੇਗਾਨੇ ਮੁਲਕ 'ਚ ਆ ਗਿਆ ਹੋਵੇ ਫਿਰ ਉਹਦਾ ਦਿਲ ਜਿਹਾ ਕਟਿਆ ਕਾਲਜੀ ਚ ਖੋਜੀ ਪਈ ਜਾਂ ਸ਼ਾਇਦ ਭੁੱਖ ਲੱਗੀ ਸੀ ਉਹਦਾ ਮਨ ਕੀਤਾ ਉੱਠ ਕੇ ਕੁਝ ਪੀਵੇ ਪਰ ਆਪ ਹੀ ਉਹਨੂੰ ਯਾਦ ਆ ਗਿਆ ਕਿ ਅਲਮਾਰੀ ਵਿੱਚ ਲੀਆਂ ਸਭ ਬੋਤਲਾਂ ਖਾਲੀ ਹੋ ਚੁੱਕੀਆਂ ਹਨ ਚਲੋ ਕਿਸੇ ਕੁੜੀ ਨੂੰ ਫੋਨ ਕਰ ਦਿੰਦਾ ਨਾਲੇ ਆਉਂਦੀ ਹੋਈ ਦੋ ਬੋਤਲਾਂ ਫੜੀ ਆਉਗੀ ਉਹਨੇ ਸੋਚਿਆ ਤਾਂ ਸਹੀ ਪਰ ਉੱਠ ਕੇ ਕੱਪੜੇ ਪਾ ਕੇ ਹੀਠਾਂ ਜਾ ਕੇ ਟੈਲੀਫੋਨ ਕਰੇ ਅਜੇ ਨਹੀਂ ਉਸ 'ਚ ਹਿੰਮਤ ਨਹੀਂ ਸੀ ਉਹ ਫੇਰ ਸੋਨਾ ਭਾਬੀ ਦਾ ਖਤ ਚੁੱਕ ਕੇ ਪੜਨ ਲੱਗ ਪਿਆ ਫਿਰ ਉਹ ਪੁਰਾਣੇ ਜੇ ਦੋ ਮੰਜ਼ਲੇ ਘਰ ਦੇ ਅੱਗੇ ਖੜੋ ਕੇ ਜਿਵੇਂ ਉਹਨੇ ਆਵਾਜ਼ ਦਿੱਤੀ ਸੋਨਾ ਭਾਬੀ ਅੰਦਰੋਂ ਕੋਈ ਨਹੀਂ ਬੋਲਿਆ ਕੁਝ ਪਲ ਖੜਾ ਉਡੀਕਦਾ ਰਿਹਾ ਫਿਰ ਉਹਨੇ ਇੱਕ ਨਜ਼ਰ ਘਰ ਵੱਲ ਦੇਖਿਆ ਰੰਗ ਮੱਦਮ ਪੈ ਗਿਆ ਹੈ ਕਿ ਮੇਰੇ ਪਿੱਛੋਂ ਇੰਨੇ ਵੀ ਪੈਂਦੇ ਰਹੇ ਨੇ ਜਾਂ ਨਿਹਰੀਆਂ ਚਲਦੀਆਂ ਰਹੀਆਂ ਨੇ ਜਾਂ ਉਂਝ ਇਹ ਘਰ ਅੱਜ ਕਿਸੇ ਗੱਲੋਂ ਉਦਾਸ ਹੈ ਕਿ ਉੱਪਰਲੀ ਛੱਤ ਵਾਲੀ ਬਾਰੀ 'ਚ ਹੁਣ ਤਾਰੇ ਨਹੀਂ ਦਿਸਦੇ ਤਦ ਉਹਨੇ ਦੇਖਿਆ ਉੱਪਰਲੀ ਛੱਤ ਵਾਲੀ ਬਾਰੀ ਜਿੱਥੋਂ ਤਾਰੇ ਦਿੱਸਦੇ ਹੁੰਦੇ ਸੀ ਬੰਦ ਪਈ ਸੀ ਉਹ ਵਾਪਸ ਮੁੜਾ ਆ ਵਾਪਸ ਉਹ ਦੇਸ਼ ਤੋਂ ਜਿੱਥੇ ਨਿੱਤ ਸੂਰਜ ਚੜਦਾ ਸੀ ਜਿੱਥੇ ਚਿੜੀਆਂ ਕਬੂਤਰ ਘਰਾਂ ਚਾਲਣਾ ਪਾ ਲੈਂਦੀਆਂ ਸਨ ਜਿੱਥੇ ਸੋਨਾ ਭਾਬੀ ਸੀ ਪਰ ਜਿੱਥੇ ਕੋਈ ਹਰੀਸ਼ ਚੰਦਰ ਵਰਗਾ ਆਪਣਾ ਸਭ ਕੁਝ ਦਾਨ ਦੇ ਦਿੰਦਾ ਨਾ ਜਾਣੇ ਕਿਉਂ ਅਜਿੰਨੇ ਬਰੀਆ ਮਗਰੋਂ ਉਹਦੀਆਂ ਅੱਖਾਂ ਦੇ ਕੋਇਆਂ 'ਚ ਪਾਣੀ ਸੇਮ ਆਇਆ ਸੀ ਫਿਰ ਉਹਨੂੰ ਯਾਦ ਆਇਆ ਪੰਜ ਬਰੇ ਹੋ ਗਏ ਨੇ ਉਹਨੂੰ ਆਪਣੇ ਦੇਸ਼ ਤੋਂ ਆਏ ਨੂੰ ਉਸ ਦੇਸ਼ ਤੋਂ ਜਿੱਥੇ ਨਿਤ ਸੂਰਜ ਚੜ੍ਹਦਾ ਹੈ ਜਿੱਥੇ ਚਿੜੀਆਂ ਕਬੂਤਰ ਘਰਾਂ ਚਾਲਣੇ ਪਾ ਲੈਂਦੀਆਂ ਨੇ ਜਿੱਥੇ ਸੋਨਾ ਭਾਬੀ ਹੈ ਪੰਜ ਵਰੀ ਕਿਵੇਂ ਲੰਘ ਗਏ ਉਹ ਸੋਚ ਰਿਹਾ ਸੀ ਅੰਗ ਚੌਥਾ ਪੰਜ ਵਰੀ ਪਹਿਲਾਂ ਇੱਕ ਦਿਨ ਸੋਨਾ ਭਾਬੀ ਨੇ ਰੋਣ ਹਾ ਕੀ ਹੋ ਕੇ ਉਹਨੂੰ ਪੁੱਛਿਆ ਸੀ ਹਜੀਤ ਤੂੰ ਅੱਗੇ ਪੜਨ ਕਿਹੜੇ ਮੁਲਕ ਜਾਏਗਾ ਗੱਲ ਕਰਨ ਦਾ ਹੈ ਭਾਬੀ ਦਾ ਆਪਣਾ ਅੰਦਾਜ਼ ਸੀ ਉਹ ਤੋਂ ਪੁੱਛ ਨਹੀਂ ਸੀ ਰਹੀ ਸਗੋ ਦੱਸ ਰਹੀ ਸੀ ਕਿ अजीत ਤੈਨੂੰ ਅੱਗੇ ਪੜ੍ਹਨ ਲਈ ਕਿਸੇ ਹੋਰ ਮੁਲਕ ਵਿੱਚ ਚਲੇ ਜਾਣਾ ਚਾਹੀਦਾ ਹੈ। ਜਿਸ ਮੁਲਕ ਚਾਖੇਗੀ ਸੋਨਾ ਭਾਬੀ ਚਲਾ ਜਾਵਾਂਗਾ। अजीत ਨੇ ਨਿਮੋ ਝੁਣਾ ਜਿਹਾ ਓਕੇ ਜਵਾਬ ਦਿੱਤਾ। ਫਿਰ ਸੋਨਾ ਭਾਬੀ ਉਹਨੂੰ ਬਾਹਰ ਭੇਜਣ ਦੀਆਂ ਤਿਆਰੀਆਂ 'ਚ ਲੱਗ ਗਈ। ਆਪਣੇ ਦੂਰ ਪਾਰ ਦੇ ਇੱਕ ਰਿਸ਼ਤੇਦਾਰ ਨੂੰ ਆ ਕੇ ਬਾਹਰਲੇ ਮੁਲਕੋਂ ਦਾ ਦਾਖਲਾ ਕਰਵਾਇਆ। ਕਿੰਨੀ ਵਾਰ ਪਾਸਪੋਰਟ ਖਾਤਰ ਆਪਣੇ ਲੇਖਕ ਪਤੀ ਨੂੰ ਦਿੱਲੀ ਭੇਜਿਆ। ਕਿਰਾਏ ਲਈ ਪੈਸੇ ਇਕੱਠੇ ਕੀਤੇ। ਨਵੇਂ ਕੱਪੜੇ ਸਵਾਕੇ ਦਿੱਤੇ ਨਿੱਕੀਆਂ ਮੋਟੀਆਂ ਚੀਜ਼ਾਂ ਲੈ ਕੇ ਦਿੱਤੀਆਂ ਸਾਰਾ ਵੇਲਾ ਅਜੀਤ ਇਹੀ ਸੋਚਦਾ ਰਿਹਾ ਉਹਨੇ ਸੋਨਾ ਭਾਬੀ ਆਖੇਗੀ ਚੱਲ ਛੱਡ ਪਰੇ ਅਜੀਤ ਕੀ ਜਾਣਾ ਬਾਹਰਲੇ ਮੁਲਕ ਪਰ ਉਹਨੇ ਇਉਂ ਨਹੀਂ ਆਖਿਆ ਉਹ ਇਉਂ ਸਾਰੇ ਕੰਮ ਕਰਦੀ ਫਿਰ ਰਹੀ ਸੀ ਜਿਵੇਂ ਸੋਨਾ ਭਾਬੀ ਨਾ ਹੋ ਕੇ ਉਹ ਕੋਈ ਹੋਰ ਹੋਵੇ ਅਜੀਤ ਦੀਆਂ ਚੀਜ਼ਾਂ ਵਾਲਾ ਏਅਰ ਬੈਗ ਚੁੱਕੀ ਆਉਂਦੀ ਭਲੇ ਨੂੰ ਉਹ ਅੜਕ ਕੇ ਡਿੱਗ ਪਈ ਸੀ ਬਚ ਕੇ ਭਾਬੀ ਬਚ ਕੇ ਅਜੀਤ ਨੇ ਹੱਸ ਕੇ ਕਿਹਾ ਸੋਨਾ ਨੇ ਗੋਲੀਆਂ ਨਹੀਂ ਰਸਤੇ 'ਚ ਜਦੋਂ ਠੰਡ ਲੱਗੀ ਪਾ ਲਈ ਉਹ ਨਵਾਂ ਬੁਣਿਆ ਸਵੈਟਰ ਏਅਰ ਬੈਗ 'ਚ ਪਾਉਂਦੀ ਬੋਲੀ ਸੋਨਾ ਭਾਬੀ ਮੈਂ ਸੱਚੀ ਜਾਵਾਂ ਉਹਨੇ ਸੋਨਾ ਦਾ ਹੱਥ ਫੜ ਕੇ ਪੁੱਛਿਆ ਹੋਰ ਕੀ ਉਹ ਹੱਸ ਕੇ ਬੋਲੀ ਅਜੀਤ ਹੱਸਿਆ ਨਹੀਂ ਸਿਰਫ ਉਹਦੇ ਮੂੰਹ ਹਲ ਵੇਖਦਾ ਰਿਹਾ ਸੋਨਾ ਭਾਬੀ ਹਾਂ ਤੈਨੂੰ ਮੇਰੇ ਕੋਲ ਡਰ ਲੱਗਦਾ ਹੈ ਸੋਨਾ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਅੱਜ ਇਹ ਸਭ ਕੁਝ ਮੈਨੂੰ ਕਿਉਂ ਯਾਦ ਆ ਰਿਹਾ ਹੈ ਹੁਣ ਤਾਂ ਬਹੁਤ ਚਿਰ ਹੋਇਆ ਸੋਨਾ ਭਾਬੀ ਮੈਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਦਿੱਸੀ ਸ਼ਾਇਦ ਮੈਨੂੰ ਸੁਪਨੇ ਆਉਣੇ ਹੀ ਹਟ ਗਏ ਨੇ ਇਸ ਮੁਲਕ 'ਚ ਸ਼ਾਇਦ ਕਿਸੇ ਨੂੰ ਵੀ ਨਹੀਂ ਸੁਪਨੇ ਆਉਂਦੇ ਕਿਸੇ ਕੋਲ ਨਹੀਂ ਵੇਹਲ ਹੀ ਕਿੱਥੇ ਹੈ ਸ਼ਾਇਦ ਸੁਪਨੇ ਵੇਖਣ ਦੀ ਮੇਰੀ ਉਮਰ ਹੀ ਪਛਾਣ ਰਹਿ ਗਈ ਹੈ ਸ਼ਾਇਦ ਯੁੱਗ ਸੁਪਨਿਆਂ ਦਾ ਨਹੀਂ ਅਜੀਤ ਨੂੰ ਕੁਝ ਸਮਝ ਨਹੀਂ ਲੱਗ ਰਹੀ ਸੀ ਸ਼ਾਇਦ ਸੋਨਾ ਭਾਬੀ ਨੇ ਚੰਗਾ ਹੀ ਕੀਤਾ ਮੈਨੂੰ ਇੱਥੇ ਭੇਜ ਦਿੱਤਾ ਨਹੀਂ ਤਾਂ ਨਹੀਂ ਤਾਂ ਮੈਂ ਪਾਗਲ ਹੋ ਜਾਣਾ ਸੀ ਇੱਕ ਨਹੀਂ ਦੋ ਨਹੀਂ ਪੂਰੇ 11 ਥਾਵੇਂ ਇੰਟਰਵਿਊ ਦਿੱਤੀ ਹਰ ਵਾਰੀ ਸੋਨਾ ਭਾਬੀ ਦਹੀਂ ਚਾਵਲ ਖਵਾ ਕੇ ਤੋਰਦੀ ਹਰ ਵਾਰੀ ਸਾਰੇ ਦੇਵੀ ਦੇਵਤਿਆਂ ਨੂੰ ਧਿਆਉਂਦੀ ਸੁਖਣਾ ਸੁਖਦੀ ਹਰ ਵਾਰੀ ਸੋਚਦੀ ਏ ਇਸ ਵਾਰੀ ਫੈਸਲਾ ਜ਼ਰੂਰ ਮੈਰਿਟ ਤੇ ਹੋਏਗਾ ਤੇ ਮੈਨੂੰ ਰੱਖ ਲਿਆ ਜਾਏਗਾ ਤੇ ਹਰ ਵਾਰੀ ਕਿਸੇ ਮਨਿਸਟਰ ਕਿਸੇ ਲੀਡਰ ਕਿਸੇ ਡਾਇਰੈਕਟਰ ਦਾ ਪਿੱਛ ਲੱਗ ਜਾ ਅੱਗੇ ਅੱਗੇ ਲੱਗ ਰੱਖ ਲਿਆ ਜਾਂਦਾ ਫਿਰ ਭਾਬੀ ਨੇ ਬਾਈ ਨੂੰ ਆਖਣਾ ਸ਼ੁਰੂ ਕੀਤਾ ਤੁਸੀਂ ਐਡੇ ਵੱਡੇ ਲੇਖਕ ਤੁਹਾਨੂੰ ਕੌਣ ਨਹੀਂ ਜਾਣਦਾ ਤੁਸੀਂ ਕਿਸੇ ਕੋਲ ਜਾਓ ਬਾਈ ਆਖਦਾ ਏ ਮੇਰੇ ਅਸੂਲ ਦੇ ਉਲਟ ਹੈ ਕਿ ਮੈਂ ਕਿਸੇ ਦੀ ਸਿਫਾਰਿਸ਼ ਕਰਾਂ ਤੇ ਮੈਂ ਕਦੋਂ ਆਖਦੀਆਂ ਸਿਫਾਰਿਸ਼ ਕਰੂੰ ਇੰਨਾ ਹੀ ਆਖਦੇ ਉਹ ਫੈਸਲਾ ਮੈਰਿਟ ਤੇ ਕੀਤਾ ਜਾਏ ਤੇ ਬਾਈ ਨੂੰ ਭਾਬੀ ਦਾ ਆਖਾ ਮੰਨਣਾ ਪਿਆ ਕਈ ਫੇਰੇ ਪਾ ਕੇ ਵਜੀਰ ਸਾਹਿਬ ਤੋਂ ਵਕਤ ਲਿਆ ਗਿਆ ਵਜੀਰ ਸਾਹਿਬ ਨੂੰ ਦੇਣ ਲਈ ਬਾਈ ਨੇ ਆਪਣੀ ਨਵੀਂ ਛਪੀ ਕਿਤਾਬ ਵੀ ਲੈ ਲਈ ਜਿਸ ਤੇ ਲਿਖਿਆ ਮੇਰੀ ਕੌਮ ਦੇ ਰੈਬਰ ਲਈ ਭਾਬੀ ਨੇ ਮੱਲੂ ਮੱਲੀ ਮੈਨੂੰ ਵੀ ਬਾਈ ਦੇ ਨਾਲ ਭੇਜ ਦਿੱਤਾ ਉਹ ਆਖਦੀ ਸੀ ਇਹਨਾਂ ਦਾ ਕੀ ਹੈ ਜਿੱਥੇ ਕੋਈ ਗੱਲਾਂ ਮਾਰਨ ਵਾਲਾ ਮਿਲ ਗਿਆ ਬੈਠੇ ਰਹਿਣਗੇ ਤੇ ਅਸੀਂ ਵਕਤ ਤੋਂ ਅੱਧਾ ਘੰਟਾ ਪਹਿਲਾਂ ਪਹੁੰਚ ਗਏ 2 ਘੰਟੇ ਹੋਰ ਸਾਡੀ ਵਾਰੀ ਨਾ ਆਈ ਵੱਡਿਆਂ ਬੰਦਿਆਂ ਨੂੰ ਪਿੱਛੋਂ ਆਇਆਂ ਨੂੰ ਵੀ ਪਹਿਲੇ ਬੁਲਾਇਆ ਜਾ ਰਿਹਾ ਸੀ ਕਈ ਤਾਂ ਸਿੱਧੇ ਹੀ ਲੰਘ ਜਾਂਦੇ ਤੇ ਜਦੋਂ ਸਾਡੀ ਵਾਰੀ ਆਈ ਬਾਈ ਨੇ ਕਿਤਾਬ ਪੇਸ਼ ਕੀਤੀ ਆਪਣਾ ਨਾਮ ਵੀ ਦੱਸਿਆ ਇਹ ਤੁਸੀਂ ਰਹਿਣ ਦਿਓ ਪੜਨ ਦਾ ਟਾਈਮ ਹੀ ਕਿੱਥੇ ਲੱਗਦਾ ਤੁਹਾਡਾ ਖਾਮ ਖਾ ਚਾਰ ਰੁਪਏ ਦਾ ਨੁਕਸਾਨ ਹੋਏਗਾ ਉਹਨੇ ਕਿਤਾਬ ਮੋੜ ਦੇਾਂਗੇ ਬਾਈ ਕਿਤਾਬ ਫੜਨੋਂ ਝਿਜਕ ਰਹੀ ਸੀ ਪਰ ਮੈਂ ਫੜ ਲਈ ਦੇਖੋ ਨਾ ਇੰਦਰਾ ਗਾਂਧੀ ਜੀ ਨੇ ਕਈ ਵਾਰ ਸਦਿਆ ਹੈ ਉਥੇ ਨਹੀਂ ਜਾ ਹੋਇਆ ਅਮਰੀਕਾ ਦਾ ਟੂਰ ਦੋ ਵਾਰੀ ਕੈਨਸਲ ਕਰ ਚੁੱਕਿਆ ਅੱਜ ਇੱਕ ਕਾਲਜ ਦਾ ਨੀ ਪੱਥਰ ਰੱਖਣ ਜਾਣਾ ਐ ਅੱਛਾ ਤੁਸੀਂ ਕੰਮ ਦੱਸੋ ਵਜ਼ੀਰ ਸਾਹਿਬ ਨੇ ਚਪੜਾਸੀ ਤੋਂ ਫੜ ਕੇ ਜੂਸ ਦਾ ਗਲਾਸ ਪੀਂਦੇ ਆ ਗਿਆ ਜੀ ਇਹ ਮੇਰਾ ਭਰਾ ਹੈ ਬੜਾ ਲਾਇਕ ਹੈ ਯੂਨੀਵਰਸਿਟੀ ਤੇ ਦੂਜੀ ਪੋਜੀਸ਼ਨ ਸੀ ਪਰ ਨੌਕਰੀ ਨੌਕਰੀ ਹੁਣ ਸਾਡੇ ਹੱਥ ਵਿੱਚ ਤਾਂ ਹੈ ਨਹੀਂ ਅਰਜੀ ਦਿਓ ਇੰਟਰਵਿਊ ਉੱਤੇ ਜਾਓ ਕੰਪਲੀਟ ਕਰੋ ਨੌਕਰੀ ਲਾਓ ਵਜ਼ੀਰ ਸਾਹਿਬ ਕਾਲੇ ਪੈ ਕੇ ਬੋਲੇ ਜੀ ਅਰਜੀ ਤਾਂ ਬਥੇਰੀ ਦਿੱਤੀ ਹੈ ਪਰ ਸਫਾਰਿਸ਼ বিনা ਕੌਣ ਪੁੱਛਦਾ ਹੈ ਬਾਈ ਹੌਸਲਾ ਕਰਕੇ ਬੋਲੇ ਇਹ ਗੱਲ ਜੀ ਗਲਤ ਹੈ ਅੱਜ ਤੁਸੀਂ ਆ ਗਏ ਕੱਲ ਨੂੰ ਕੋਈ ਹੋਰ ਆਜੂ ਪਰਸੋਂ ਨੂੰ ਕੋਈ ਹੋਰ ਤੇ ਮੈਂ ਕਿਦੀ ਕਿਦੀ ਸਫਾਰਿਸ਼ ਕਰਾਂਗਾ ਤੇ ਫਿਰ ਲੋਕ ਕਾਂਕਦੇ ਨੇ ਜੀ ਵਜ਼ੀਰ ਇੰਟਰਫੇਅਰ ਕਰਦੇ ਰਹਿੰਦੇ ਨੇ ਇਹਨੇ ਨੂੰ ਕੋਈ ਬਿਨਾ ਚਿੱਟ ਭੇਜਿਆ ਅੰਦਰ ਲੰਘ ਆਇਆ ਵਜ਼ੀਰ ਸਾਹਿਬ ਨੇ ਗੁੱਸੇ ਨਾਲ ਉਧਰ ਦੇਖਿਆ ਦੇਖਦੇ ਹੀ ਮੁਸਕਰਾ ਪਏ ਦੇਖੋ ਜੀ ਤੁਸੀਂ ਸਾਡਾ ਕੰਮ ਅਜੇ ਤੱਕ ਨਹੀਂ ਕੀਤਾ ਕਾਦੇ ਤੁਸੀਂ ਸਾਡੇ ਵਜ਼ੀਰ ਨੂੰ ਅਗਲਾ ਕੁਰਸੀ ਤੇ ਬੈਠਦਾ ਬੋਲਿਆ ਅਜੇ ਹੋਇਆ ਨਹੀਂ ਤੁਹਾਡਾ ਕੰਮ ਮੈਂ ਤਾਂ ਉਸੇ ਦਿਨ ਫੋਨ ਕਰ ਦਿੱਤਾ ਸੀ ਅੱਛਾ ਮੈਂ ਪੁੱਛਦਾ ਉਹਨਾਂ ਦੀ ਕੀ ਮਜਾਲ ਹੈ ਤੁਹਾਡਾ ਕੰਮ ਨਾ ਕਰਨ ਜਾਓ ਮੁੰਡਿਆ ਜੂਸ ਦਾ ਗਲਾਸ ਲਿਆਇਕ ਅੱਛਾ ਜੀ ਫਿਰ ਤੁਸੀਂ ਚਲੋ ਵਜ਼ੀਰ ਸਾਹਿਬ ਨੇ ਸਾਡੇ ਵੱਲ ਮੂੰਹ ਕਰ ਦੇਆ ਕਿਆ ਵਾਪਸ ਆਉਂਦੇ ਆ ਸਾਰਾ ਵੇਲਾ ਬਾਈ ਮੇਰੀ ਵੱਲ ਤੇ ਮੈਂ ਬਾਈ ਵੱਲ ਵੇਖਣੋਂ ਘਤਰਾਉਂਦੇ ਰਹੇ ਹੋ ਗਿਆ ਕੰਮ ਭਾਬੀ ਨੇ ਆਉਂਦੀਆਂ ਨੂੰ ਹੀ ਪੁੱਛਿਆ ਤੂੰ ਖੰ ਖੰ ਮੈਨੂੰ ਜਲੀਲ ਕਰਵਾਉਂਦੀ ਏ ਬਾਈ ਭਾਬੀ ਤੇ ਬਰਸ ਗਿਆ ਤੇ ਉਸ ਦਿਨ ਮੈਂ ਸਾਰਾ ਦਿਨ ਬਾਹਰ ਸੜਕਾਂ ਦੇ ਘੁੰਮਦਾ ਰਿਹਾ ਆਵਾਰਾ ਬੇਮਤਲਬ ਤੇ ਉਸ ਦਿਨ ਪਹਿਲੀ ਵਾਰੀ ਇੱਕ ਕੁੜੀ ਨੂੰ ਉਹਨੇ ਪੱਦਾ ਜਿਹਾ ਮੁਖਾਲ ਕੀਤਾ ਸੀ ਕੁੱਤੇ ਦੇ ਇਟ ਮਾਰੀ ਸੀ ਪਾਣੀ ਪੀ ਕੇ ਮਨਸਿਪੈਲਿਟੀ ਦਾ ਨਲਕਾ ਖੋਲਾ ਛੱਡ ਆਇਆ ਸੀ ਤੇ ਉਸ ਦਿਨ ਅਜੀਤ ਨੂੰ ਲੱਗਿਆ ਸੀ ਅਜੀਤ ਨੂੰ ਕਦੇ ਵੀ ਨੌਕਰੀ ਨਹੀਂ ਮਿਲਨੀ ਹੋਰ ਕਿੰਨਾ ਚਿਰ ਭਾਬੀ ਤੋਂ ਪੈਸੇ ਮੰਗਦਾ ਰਹੇਗਾ ਤੇ ਹੋਰ ਕਿੰਨਾ ਚਿਰ ਭਾਬੀ ਬਾਈ ਤੋਂ ਚੋਰੀਆਂ ਪੈਸੇ ਦਿੰਦੀ ਰਹੇਗੀ ਇਹਦੂ ਤਾਂ ਬੰਦਾ ਮਰ ਜਾਵੇ ਫਿਰ ਕਿੰਨਾ ਚਿਰ ਮਰਨ ਦੇ ਟੰਗਾ ਬਾਰੇ ਸੋਚਦਾ ਰਿਹਾ ਪਰ ਜਦੋਂ ਇਸ ਸ਼ਹਿਰ ਕੋਈ ਸਾਹਿਤਿਕ ਕਾਨਫਰੰਸ ਹੁੰਦੀ ਤੇ ਬਾਈ ਤੇ ਲੇਖਕ ਮਿੱਤਰ ਘਰ ਆ ਕੇ ਠਹਿਰਦੇ ਨੇ ਫੇ ਸ਼ਰਾਬ ਪੀ ਕੇ ਖਰੂਦ ਕਰਦੇ ਨੇ ਤਾਂ ਸੋਨਾ ਭਾਬੀ ਰਸੋਈ 'ਚ ਸਾਰਾ ਵੇਲਾ ਉਹਨੂੰ ਕੋਲ ਬਿਠਾਈ ਰੱਖਦੀ ਸੀ ਉਸ ਦਿਨ ਜਦੋਂ 1772 ਸਾਹਿਤ ਅਕੈडमी ਦਾ ਪੁਰਸਕਾਰ ਵਜੈਤਾ ਸਾਹਿਤਕਾਰ ਸੋਨਾ ਭਾਬੀ ਦੇ ਖਿਹੜੇ ਪੈ ਗਿਆ ਕਿ ਪਹਿਲੇ ਪਾਣੀ ਝੂਠਾ ਕਰਦੇ ਫਿਰ ਪੀਅੰਗਾ ਤਾਂ ਭਾਬੀ ਕਿੰਨੀ ਘਬराई ਸੀ ਤੇ ਦੂਜੇ ਉਸ ਨਾਟਕ ਕਰਨੇ ਤਾਂ ਪ੍ਰੇਮ ਪੱਤਰ ਹੀ ਲਿਖ ਮਾਰਿਆ ਸੀ ਤੇ ਆਖਿਆ ਸੀ ਅਗਲਾ ਨਾਟਕ ਮੈਂ ਤੈਨੂੰ ਸਮਰਪਨ ਕਰ ਰਿਹਾ ਇਹ ਸੋਚਦਾ ਜੀਤ ਕਰਨ ਨੂੰ ਤੁਰ ਪਿਆ ਸੀ ਪਰ ਅੱਜ ਇਹ ਸਭ ਗੱਲਾਂ ਮੈਨੂੰ ਕਿਉਂ ਯਾਦ ਆ ਰਹੀਆਂ ਨੇ ਜੀਤ ਨੇ ਸੋਚਿਆ ਅੱਜ ਉਹਨੂੰ ਕੀ ਹੋ ਗਿਆ ਉਹਦਾ ਸਿਰ ਭਾਰਾ ਭਾਰਾ ਹੋਣ ਲੱਗ ਪਿਆ ਉਹਨੇ ਉੱਠ ਕੇ ਪਤਾ ਨਹੀਂ ਕਿਸ ਚੀਜ਼ ਦੀ ਗੋਲੀ ਖਾਦੀ ਫਿਰ ਜਿਵੇਂ ਸਾਰੀਆਂ ਸੋਚਾਂ ਆਪਣੇ ਪਿੰਡੇ ਤੋਂ ਛਾੜ ਦੇਣ ਲਈ ਉੱਠ ਕੇ ਨਹਾਉਣ ਚਲਾ ਗਿਆ ਨਿਤ ਨਹਾਉਣ ਦੀ ਹਿੰਦੂਸਤਾਨੀ ਵਾਲੀ ਆਦਤ ਉਹਨੂੰ ਇੱਥੇ ਆ ਕੇ ਵੀ ਕਦੇ-ਕਦੇ ਯਾਦ ਆ ਜਾਂਦੀ ਸੀ ਤੇ ਅੱਜ ਬਿਨਾਂ ਨਹਾਤੇ ਉਹਨੂੰ ਆਪਣਾ ਆਪ ਜਿਵੇਂ ਬੇਹਾ ਬੇਹਾ ਲੱਗ ਰਿਹਾ ਸੀ। ਤੋ ਕਿੰਨਾ ਹੀ ਚਿਰਨ ਹੁੰਦਾ ਰਿਹਾ। ਨਹਾਉਂਦੇ ਆ ਉਹਨੂੰ ਯਾਦ ਆਇਆ ਜਦੋਂ ਸੋਨਾ ਭਾਬੀ ਨਹਾ ਕੇ ਹਟਦੀ ਸੀ ਤਾਂ ਗੁਸਲਖਾਨੇ ਚ ਇੱਕ ਅਜੀਬ ਤਰ੍ਹਾਂ ਦੀ ਮਹਿਕ ਆਉਂਦੀ ਹੁੰਦੀ ਸੀ। ਪਤਾ ਨਹੀਂ ਉਹ ਭਾਬੀ ਦੇ ਪਿੰਡੇ ਦੀ ਮਹਿਕ ਹੁੰਦੀ ਸੀ ਜਾਂ ਉਹ ਕੋਈ ਖਾਸ ਸਾਬਣ ਤੇਲ ਵਰਤਦੀ ਸੀ। ਸੋਨਾ ਭਾਬੀ ਦੇ ਸਾਬਣ ਤੇਲ ਤੇ ਉਹਦੇ ਪਿੰਡੇ ਬਾਰੇ ਸੋਚਦੇ ਆ ਉਹਦੇ ਹੱਥ ਘੜ ਝੂਠੇ ਜੇ ਹੋਣ ਲੱਗ ਪਏ। ਜਾਂ ਖਬਰੀ ਠੰਡੇ ਪਾਣੀ ਦਾ ਅਸਰ ਸੀ। ਨਹਾਉਣਿਆਂ ਜਾਦੂ ਦੀ ਨਜ਼ਰ ਸਾਹਮਣੇ ਸ਼ੀਸ਼ੇ ਤੇ ਪਈ ਤਾਂ ਉਹਦਾ ਮਨ ਇੱਕ ਮਾਣ ਜੇ ਨਾਲ ਭਰ ਗਿਆ ਲੋਕ ਹਿੰਦੁਸਤਾਨੀ ਤਾ ਉਹਨੂੰ ਸਮਝਦੇ ਹੀ ਨਹੀਂ ਜਾਂ ਉਹ ਗ੍ਰੀਕ ਲੱਗਦਾ ਸੀ ਜਾਂ ਅਰਬ ਉਸ ਵੇਲੇ ਸੋਨਾ ਭਾਬੀ ਨੂੰ ਉਹਦਾ ਆਖਣ ਨੂੰ ਮਨ ਕੀਤਾ ਸੋਨਾ ਭਾਬੀ ਤੂੰ ਕੀ ਸਮਝੇਂ ਗੱਲਾਂ ਜਿਵੇਂ ਤੇ ਸਾਰੇ ਦੇ ਸਾਰੇ ਨੂੰ ਤੂੰ ਮੈਨੂੰ ਏਉਂ ਵੇਖ ਲਵੇਂ ਕਸ਼ ਖਾ ਕੇ ਡਿੱਗ ਪਾਂ ਫਿਰ ਉਹ ਕਾਲੀ ਕਾਲੀ ਪਾਣੀ ਦੇ ਕੱਪ ਪਿੰਡੇ ਉੱਤੇ ਪਾਉਂਦਾ ਹਰੀ ਓਮ ਹਰੀ ਓਮ ਕਰਨ ਲੱਗ ਪਿਆ ਨਹਾਉਣ ਪਿਛੋਂ ਉਹਨੂੰ ਬੜੀ ਤੇਜ਼ ਭੁੱਖ ਮਹਿਸੂਸ ਹੋਈ ਉਨੇ ਸਵੇਰ ਦਾ ਕੁਝ ਖਾਦਾ ਵੀ ਤਾਂ ਨਹੀਂ ਸੀ ਚਾਰ ਅੰਡਿਆਂ ਦਾ ਅੰਮਲੇਟ ਬਣਾਇਆ ਡਬਲ ਰੋਟੀ ਸੇਕੀ ਦੁੱਧ ਦੀ ਬੋਤਲ ਕੱਢੀ ਤੇ ਗਰਮ ਕੀਤੀ ਸਾਸ ਦੀ ਸ਼ੀਸ਼ੀ ਕੋਲ ਰੱਖੀ ਤੇ ਖਾਣ ਬੈਠ ਗਿਆ ਖਾ ਪੀ ਚੁੱਕਣ ਪਿੱਛੋਂ ਵੀ ਉਹਨੂੰ ਇੱਕ ਖੋ ਜੀ ਮਹਿਸੂਸ ਹੋਈ ਜਿਵੇਂ ਕਿਦਰੇ ਕੋਈ ਭੁੱਖ ਜੀ ਬਾਕੀ ਰਹਿ ਗਈ ਹੋਵੇ ਫਿਰ ਉਹ ਆਪਣੇ ਆਪ ਹੀ ਹੱਸ ਪਿਆ ਤੂੰ ਬੜੀ ਜ਼ਾਲਮ ਔਰਤ ਐ ਸੋਨਾ ਭਾਪੀ ਸੋਚਦਾ ਉਹ ਅੱਜ ਦਾ ਅਖਬਾਰ ਚੁੱਕ ਕੇ ਪੜਨ ਲੱਗ ਪਿਆ ਆਦਮੀ ਚੰਦ ਤੇ ਜਾ ਪਹੁੰਚੇ ਅਖਬਾਰ ਵਿੱਚ ਸਭ ਤੋਂ ਵੱਡੀ ਖਬਰ ਸੀ ਦੁਨੀਆ ਲਈ 20ਵੀਂ ਸਦੀ ਲਈ ਇੱਕ ਬਹੁਤ ਵੱਡੀ ਗੱਲ ਸੀ ਪਰ ਅਜੀਤ ਨੂੰ ਲੱਗਿਆ ਭਾਬੀ ਦਾ ਇਹ ਲਿਖ ਦੇਣਾ ਕਿ ਮੈਨੂੰ ਤਾਂ ਸਾਰੀਆਂ ਕੁੜੀਆਂ ਪਸੰਦ ਨਹੀਂ ਇਸ ਨਾਲੋਂ ਵੀ ਵੱਡੀ ਗੱਲ ਸੀ ਧੰਨਵਾਦ ਚਲਦਾ